ਜੀ ਤੁਹਾਡਾ ਸਾਰਿਆਂ ਦਾ ਤੇ ਮੈਰਿਜ ਐਨੀਵਰਸਰੀ ਦੀਆਂ ਵਧਾਈਆਂ ਮੁੱਖੀ ਸਾਹਿਬ ਨੂੰ ਤੇ ਮੈਂ ਆਪਣਾ ਪ੍ਰੋਗਰਾਮ ਸ਼ੁਰੂ ਕਰਦਾ ਜੀ। ਨੌਰਥ ਕੈਲਗਰੀ ਕਲਚਰ ਐਸੋਸੀਏਸ਼ਨ ਵੰਡਰਫੁਲ ਐਸੋਸੀਏਸ਼ਨ ਹੈ, ਇਹਨਾਂ ਵਾਸਤੇ ਤਾਲੀਆਂ ਹੋ। ਮੈਂ ਅੱਜ ਨਾ ਇੱਕ ਰਾਜ ਦੱਸਣਾ ਬੰਦਿਆਂ ਦਾ, ਲੇਡੀਜ਼ ਨੂੰ ਖਾਸ ਕਿਉਂਕਿ ਮੈਂ ਇੱਥੇ ਉਹਨਾਂ ਦੇ ਰਾਜ ਖੋਲਦਾ ਰਹਿੰਦਾ। ਇਹ ਬੰਦੇ ਕੀ ਕਰਦੇ ਨੇ ਕਿ ਸਵੇਰੇ ਸਵੇਰੇ ਉੱਠਦਿਆਂ ਸਾਰ ਸਭ ਤੋਂ ਪਹਿਲਾਂ ਆਪਣੀ ਪਤਨੀ ਦਾ ਹੋਰੋਸਕੋਪ ਦੇਖਦੇ ਨੇ। ਪਤਨੀ ਦਾ ਹੋਰੋਸਕੋਪ ਇਹ ਛੁਪ ਛੁਪੀ ਤੇ ਦੇਖਦੇ ਨੇ, ਉੱਥੋਂ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਅੱਜ ਦਾ ਦਿਨ ਕਿਹੋ ਜਿਹਾ ਬੀਤਣ ਵਾਲਾ। ਇੱਕ ਨਾ ਟੀਚਰ ਇੱਕ ਬੱਚੇ ਨੂੰ ਆਪਣੀ ਕਲਾਸ ਵਿੱਚ ਪੁੱਛ ਰਹੀ ਸੀ ਵੀ ਪਾਣੀ ਵਿੱਚ ਰਹਿਣ ਵਾਲੇ ਪੰਜ ਜੀਵਾਂ ਦੇ ਨਾਮ ਦੱਸੋ। ਉਹ ਇੱਕ ਸ਼ਰਾਰਤੀ ਬੱਚਾ ਜ਼ਰੂਰ ਹੁੰਦਾ, ਪਾਣੀ ਵਿੱਚ ਰਹਿਣ ਵਾਲੇ ਪੰਜ ਜੀਵਾਂ ਦਾ ਨਾਮ ਦੱਸੋ। ਤਾਂ ਉਹ ਕਹਿੰਦਾ ਜੀ ਮੱਛਲੀ, ਮੱਛਲੀ ਦਾ ਪਿਓ, ਮੱਛਲੀ ਦੀ ਮਾਂ, ਮੱਛਲੀ ਦਾ ਭਰਾ ਤੇ ਮੱਛਲੀ ਦੀ ਭੂਆ, ਕਿਉਂਕਿ ਉਹਦਾ ਹਾਲੇ ਵਿਆਹ ਨਹੀਂ ਹੋਇਆ, ਉਹ ਇੱਥੇ ਹੀ ਰਹਿ ਰਹੀ ਹੈ। ਮੱਛਲੀ ਤੋਂ ਯਾਦ ਆਇਆ ਕਿ ਇੱਥੇ ਨਾ ਨੌਰਥ ਅਮੈਰੀਕਾ ਵਿੱਚ ਇਹ ਬੜਾ ਫੈਸ਼ਨ ਹੈਗਾ ਕਿ ਸੰਡੇ ਫਿਸ਼ਿੰਗ ਕਰਨ ਜਾਂਦੇ ਨੇ। ਤੇ ਇੱਕ ਆਪਣਾ ਬੰਦਾ ਵੀ ਜਾਂਦਾ ਸੀ ਐਤਵਾਰ ਮੱਛਲੀ ਪਕੜਨ, ਤਾਂ ਉਹਦੀ ਪਤਨੀ ਕਹਿਣ ਲੱਗੀ ਉਹ ਜਿਹੜਾ ਸੰਡੇ ਤੁਸੀਂ ਮੱਛਲੀ ਪਕੜਨ ਜਾਂਦੇ ਹੋ ਨਾ, ਉਹ ਕੱਲ ਮੱਛਲੀ ਆਈ ਸੀ, ਕਹਿੰਦੀ ਮੈਂ ਅੰਡੇ ਦੇਣ ਵਾਲੀ ਹਾਂ। ਉਹ ਦਾਦੇ ਪੋਤੇ ਦੀਆਂ ਗੱਲਾਂ ਹੁੰਦੀਆਂ ਨੇ। ਦਾਦਾ ਹਮੇਸ਼ਾ ਇਹ ਕਹਿੰਦਾ ਪੋਤੇ ਨੂੰ ਕਿ ਸਾਡਾ ਟਾਈਮ ਕਿਹੋ ਜਿਹਾ ਹੁੰਦਾ ਸੀ। ਹਮੇਸ਼ਾ ਹੀ ਉਹ ਕਹਿੰਦਾ ਪੋਤੇ ਨੂੰ ਕਿ ਪੁੱਤਰ ਸਾਡੇ ਟਾਈਮ ਵਿੱਚ ਤਾਂ 2 ਰੁਪਈਏ ਵਿੱਚ ਘਿਓ, ਦੁੱਧ, ਆਟਾ ਅਸੀਂ ਲੈ ਆਉਂਦੇ ਸੀ। ਤੇ ਪੁੱਤਰ ਪੋਤਾ ਕਹਿਣ ਲੱਗਿਆ ਕਿ ਦਾਦਾ ਅੱਜ ਕੱਲ੍ਹ ਉਹ ਬੜਾ ਮੁਸ਼ਕਲ ਹੈ, ਕਿਉਂਕਿ ਹਰ ਸਟੋਰ ਵਿੱਚ ਕੈਮਰੇ ਲੱਗੇ ਹੁੰਦੇ ਨੇ। ਇਹ ਜੀ ਇੱਕ ਦਾਦੇ ਨੇ ਆਪਣੇ ਪੋਤੇ ਨੂੰ ਕਿਹਾ ਵੀ ਸਾਡੇ ਟਾਈਮ ਹੈ ਨਾ 5 ਰੁਪਈਏ ਵਿੱਚ ਖੰਡ ਦੀ ਬੋਰੀ ਆ ਜਾਂਦੀ ਸੀ, ਖੰਡ ਦੀ ਬੋਰੀ ਆ ਜਾਂਦੀ ਸੀ 5 ਰੁਪਈਏ ਵਿੱਚ। ਤਾਂ ਉਹ ਪੋਤਾ ਕਹਿੰਦਾ ਦਾਦੂ ਬੋਰੀ ਤਾਂ ਹੁਣ ਵੀ 5 ਰੁਪਈਏ ਆ ਜਾਂਦੀ ਹੈ, ਪਰ ਉਹ ਖਾਲੀ ਹੁੰਦੀ ਹੈ। ਇਵੇਂ ਨਾ ਇੱਕ ਦਾਦੀ ਆਪਣੀ ਪੋਤੀ ਨੂੰ ਕਹਿ ਰਹੀ ਸੀ, ਜਵਾਨ ਸੀ ਪੋਤੀ, ਤੇ ਉਹਨੂੰ ਕਹਿੰਦੀ ਕਿ ਬੇਟਾ ਖਾਣਾ ਬਣਾਉਣਾ ਆਉਣਾ ਚਾਹੀਦਾ, ਹਰ ਕੁੜੀ ਨੂੰ ਖਾਣਾ ਬਣਾਉਣਾ ਆਉਣਾ ਚਾਹੀਦਾ। ਤਾਂ ਉਹ ਪੋਤੀ ਕਹਿਣ ਲੱਗੀ ਕਿਉਂ, ਇਹ ਕੋਈ ਜ਼ਰੂਰੀ ਹੈਗਾ, ਅਸੀਂ ਕਿਉਂ ਖਾਣੇ ਬਣਾਈਏ? ਕਹਿੰਦੀ ਨਹੀਂ, ਇਸ ਕਰਕੇ ਵੀ ਕੱਲ੍ਹ ਨੂੰ ਤੇਰਾ ਵਿਆਹ ਹੋਏਗਾ ਤੇ ਪਤੀ ਕਦੇ ਟੂਰ ਤੇ ਗਿਆ ਤੇ ਫਿਰ ਤਾਂ ਤੈਨੂੰ ਬਣਾਉਣਾ ਹੀ ਪਏਗਾ ਨਾ ਖਾਣਾ, ਇਸ ਕਰਕੇ ਸਿੱਖਣਾ ਚਾਹੀਦਾ ਕਦੇ ਕਦੇ। ਤੇ ਇਸ ਤਰ੍ਹਾਂ ਹੋਇਆ ਜੀ, ਇੱਕ ਆਦਮੀ ਘਰ ਆਇਆ ਤੇ ਉਹਦੇ ਨਾ ਸਿਰ ਵਿੱਚੋਂ ਲਹੂ ਵਗ ਰਿਹਾ ਸੀ। ਤੇ ਪਤਨੀ ਬੜੀ ਘਬਰਾ ਗਈ, ਕਹਿੰਦੀ ਕੀ ਹੋਇਆ ਕੀ ਹੋਇਆ? ਉਹ ਕਹਿੰਦਾ ਮੈਨੂੰ ਨਾ ਇੱਕ ਆਦਮੀ ਨੇ ਸਿਰੇ 'ਚ ਇੱਟ ਮਾਰੀ। ਤਾਂ ਉਹ ਕਹਿਣ ਲੱਗੀ ਕਿ ਤੁਸੀਂ ਵੀ ਕੁਝ ਮਾਰ ਦਿੰਦੇ, ਤੁਹਾਡੇ ਹੱਥ ਵਿੱਚ ਕੀ ਸੀ? ਤੁਹਾਡੇ ਹੱਥ ਵਿੱਚ ਕੁਝ ਨਹੀਂ ਸੀ,
ਕਹਿੰਦਾ ਨਹੀਂ ਮੇਰੇ ਹੱਥ ਵਿੱਚ ਉਹਦੀ ਪਤਨੀ ਦਾ ਹੱਥ ਸੀ, ਉਹ ਸਿਰ ਤੋਂ ਪਹਿਲਾਂ ਲੱਗ ਰਿਹਾ ਸੀ ਖੂਨ, ਹੁਣ ਉਹਦੇ ਚਿਹਰੇ ਤੋਂ ਵੀ ਖੂਨ ਵੱਜ ਰਿਹਾ। ਇੱਕ ਐਡਵਾਈਸ ਕਿਸੇ ਨੇ ਬੜੀ ਸੋਹਣੀ ਦਿੱਤੀ ਆ ਕਿ ਜਦੋਂ ਵੀ ਵਿਆਹ ਕਰਾਓ ਨਾ, ਆਪਣੇ ਤੋਂ ਵੱਡੀ ਉਮਰ ਵਾਲੀ ਔਰਤ ਨਾਲ ਵਿਆਹ ਕਰਾਓ, ਆਪਣੇ ਤੋਂ ਵੱਡੀ ਉਮਰ ਵਾਲੀ ਔਰਤ ਨਾਲ ਵਿਆਹ ਕਰਾਓ। ਕਿਉਂ? ਕਿਉਂਕਿ ਜੇ ਬਾਅਦ ਵਿੱਚ ਝਿੜਕਾਂ ਪੈਣ ਤੇ ਤੁਸੀਂ ਕਹਿ ਸਕਦੇ ਹੋ ਚਲੋ ਵੱਡਿਆਂ ਨੇ ਹੀ ਡਾਂਟਿਆ, ਖੁਸ਼ ਰਹੋ, ਖੁਸ਼ਹਾਲ ਰਹੋ, ਹੱਸਦੇ ਰਹੋ।